ਦੇਖਿਆ ਮੂਰਤੀ ਦੇ ਅੱਗੇ ਦੁਕਾਨ ਬਣਾਤੀ ਹੋਈ ਹੈ, ਦੁਕਾਨ ਟਾਈਪ ਸ਼ਿਵਜੀ ਦੀ ਮੂਰਤੀ ਲੁਕ ਗਈ ਹੋਈ ਆ। ਪ੍ਰਤਿਮਾ ਹੈਗੀ ਆ ਨਾਲ, ਇੱਕ ਸ਼ਿਵਜੀ ਦੀ ਪ੍ਰਤਿਮਾ, ਉਹਦੇ ਅੱਗੇ ਤੁਸੀਂ ਬਣਾ ਰਹੇ ਹੋ ਇੱਕ ਦੁਕਾਨ, ਕੀ ਆ ਵਪਾਰ ਹੀ ਕਰਨਾ? ਦਰਸ਼ਨ ਨੀ ਹੋ ਰਹੇ ਆਉਂਦੇ ਜਾਂਦਿਆਂ ਨੂੰ, ਬਿਲਕੁਲ ਅੱਧੀ ਲੱਭ ਰਹੀ ਆ, ਅੱਧੀ ਲੱਭ ਹੀ ਨੀ ਰਹੀ। ਕੋਈ ਤੇ ਜਗ੍ਹਾ ਛੱਡ ਦੋ, ਜਿੰਨੇ ਵੀ ਬਣਾਈ ਹੈ ਦੁਕਾਨ ਉਹਨਾਂ ਨੂੰ ਚਾਹੀਦਾ, ਆਪਣੇ ਆਪ ਨੂੰ ਕੋਮਨ ਸੈਂਸ ਹੋਣੀ ਚਾਹੀਦੀ ਹੈ। ਨੀਕ ਕਿਤੇ ਵਪਾਰ ਦੇ ਅੱਗੇ ਹੋਰ ਬੜੇ ਆ, ਇੱਕ ਮੰਦਿਰ ਨਾਲ ਤੁਸੀਂ ਵਪਾਰ ਕਰਨ ਨੂੰ ਉੱਥੇ ਦੁਕਾਨ ਬਣਾ ਲਈ ਅੱਗੇ। ਲੋਕਾਂ ਦੀ ਆਸਥਾ ਨੂੰ ਪਹੁੰਚੀ ਇਹ ਖਾਸਾ ਠੇਸ ਜਦੋਂ ਲੋਕਾਂ ਨੇ ਇਹ ਦੇਖਿਆ ਕਿ ਜਿਹੜੀ ਮੂਰਤੀ ਹੈ ਸ਼ਿਵਜੀ ਜੀ ਦੀ, ਉਸ ਦੇ ਅੱਗੇ ਦੁਕਾਨ ਜਿਹੜੀ ਹੈ ਉਹ ਬਣਾਈ ਗਈ ਹੈ। ਯਾਨੀ ਕਿ ਵਪਾਰ ਕਿਤੇ ਨਾ ਕਿਤੇ ਜਿਹੜਾ ਹੈ ਉਹ ਇਹ ਨਹੀਂ ਦੇਖ ਰਿਹਾ ਕਿ ਲੋਕਾਂ ਦੀ ਆਸਥਾ ਇਸ ਜਗ੍ਹਾ ਦੇ ਨਾਲ ਜੁੜੀ ਹੋਈ ਹੈ। ਜੇਕਰ ਅਸੀਂ ਗੱਲ ਕਰੀਏ ਪਠਾਨਕੋਟ ਦੇ ਨਾਲ ਲੱਗਦੇ ਡਮਟਾਲ, ਜਦੋਂ ਹਿਮਾਚਲ ਦੇ ਵਿੱਚ ਐਂਟਰ ਕੀਤਾ ਜਾਂਦਾ ਤਾਂ ਤੁਸੀਂ ਵੀ ਕਿਤੇ ਨਾ ਕਿਤੇ ਇਸ ਜਗ੍ਹਾ ਵੱਲ ਗਏ ਹੋਵੋਗੇ ਜ਼ਰੂਰ, ਤੁਸੀਂ ਵੀ ਕਿਤੇ ਨਾ ਕਿਤੇ ਤਸਵੀਰ ਜਿਹੜੀ ਹੈ ਉਹ ਜ਼ਰੂਰ ਇੱਥੋਂ ਦੀ ਸਾਂਝੀ ਕੀਤੀ ਹੋਵੇਗੀ, ਕਿਉਂਕਿ ਇੰਨੀ ਜ਼ਿਆਦਾ ਖੂਬਸੂਰਤ ਮੂਰਤੀ ਜਿਹੜੀ ਹੈ ਅਤੇ ਇੰਨੀ ਖੂਬਸੂਰਤ ਜਗ੍ਹਾ 'ਤੇ ਇਹ ਮੂਰਤੀ ਬਣਾਈ ਗਈ ਹੈ ਕਿ ਹਰ ਕੋਈ ਜਿਹੜਾ ਜਦੋਂ ਹਿਮਾਚਲ ਵੱਲ ਨੂੰ ਜਾਂਦਾ ਹੈ ਜਾਂ ਪਠਾਨਕੋਟ ਵੱਲ ਨੂੰ ਆਉਂਦਾ ਹੈ, ਹਾਈਵੇ ਦੇ ਬਿਲਕੁਲ ਨਾਲ ਜਿਹੜੀ ਹੈ ਇਹ ਮੂਰਤੀ ਬਣਾਈ ਗਈ ਹੈ, ਜਿਸ ਨੂੰ ਹਿੱਲ ਟੋਪ ਮੰਦਿਰ ਵੀ ਕਿਹਾ ਜਾਂਦਾ ਹੈ, ਉਸਦੇ ਨਾਲ ਹੀ ਇਹ ਮੂਰਤੀ ਜਿਹੜੀ ਹੈ ਉੱਥੇ ਸਥਾਪਿਤ ਹੈ। ਤਾਂ ਹੁਣ ਜੇ ਅਸੀਂ ਦੇਖੀਏ ਇਸ ਮੂਰਤੀ ਦੀ ਖੂਬਸੂਰਤੀ ਨੂੰ, ਕਿਤੇ ਨਾ ਕਿਤੇ ਜਿਹੜਾ ਹੈ ਉਹ ਇਸ ਦੁਕਾਨ ਨੇ ਕਿਤੇ ਨਾ ਕਿਤੇ ਅਫੈਕਟ ਜ਼ਰੂਰ ਕੀਤਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ, ਕੁਛ ਅਜਿਹਾ ਨਜ਼ਾਰਾ ਨਿਕਲ ਕੇ ਸਾਹਮਣੇ ਆਇਆ ਜਦੋਂ ਮੰਦਿਰ ਦੇ ਨਾਲ ਹੀ ਯਾਨੀ ਕਿ ਸ਼ਿਵਜੀ ਦੀ ਮੂਰਤੀ ਦੇ ਅੱਗੇ ਜਿਹੜੀ ਬਿਲਕੁਲ ਦੁਕਾਨ ਜਿਹੜੀ ਹੈ ਉਹ ਬਣਾਈ ਗਈ ਹੈ ਅਤੇ ਸ਼ਿਵਜੀ ਜੀ ਦੀ ਮੂਰਤੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਛਿਪੀ ਹੋਈ ਨਜ਼ਰ ਆ ਰਹੀ ਹੈ। ਤਾਂ ਲੋਕਾਂ ਦੇ ਵਿੱਚ, ਭਗਤਾਂ ਦੇ ਵਿੱਚ ਜਦੋਂ ਅਸੀਂ ਪਹੁੰਚੇ, ਸਾਡੀ ਟੀਮ ਉੱਥੇ ਲੋਕਾਂ ਨਾਲ ਗੱਲਬਾਤ ਕੀਤੀ ਗਈ, ਤਾਂ ਭਗਤਾਂ ਦੇ ਵਿੱਚ ਖਾਸਾ ਰੋਸ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਦੇ ਖਿਲਾਫ਼। ਉੱਥੇ ਹੀ ਨੌਜਵਾਨਾਂ ਨੇ ਵੀ ਪ੍ਰਸ਼ਾਸਨ ਤੇ ਜਿਹੜੀ ਹੈ ਜੰਮ ਕੇ ਗੁਹਾਰ ਲਗਾਈ ਹੈ, ਫਟਕਾਰ ਲਗਾਈ ਹੈ ਕਿ ਭਗਤੀ ਦੀ ਜਗ੍ਹਾ ਤੇ ਜਿਹੜਾ ਵਪਾਰ ਹੈ ਉਸ ਨੂੰ ਬੰਦ ਕਰਨਾ ਚਾਹੀਦਾ ਹੈ। ਲੋਕਾਂ ਨੇ ਇਹੀ ਕਿਹਾ ਹੈ ਕਿ ਸਰਕਾਰ ਦੀ, ਪ੍ਰਸ਼ਾਸਨ ਦੀ ਇਹ ਬਹੁਤ ਵੱਡੀ ਗਲਤੀ ਹੈ ਕਿ ਪੂਜਾ ਪਾਠ ਦੀ ਥਾਂ ਤੇ ਜਿਹੜੀ ਹੈ ਉੱਥੇ ਵੀ ਵਪਾਰ ਜਿਹੜਾ ਹੈ ਉਹ ਖੋਲਿਆ ਜਾ ਰਿਹਾ, ਵਪਾਰ ਦਾ ਰਸਤਾ ਖੋਲਿਆ ਜਾ ਰਿਹਾ, ਜਦਕਿ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਜਿਹੜੀ ਹੈ ਉਹ ਆ ਰਹੀ ਹੈ ਮੂਰਤੀ ਦੇ ਦਰਸ਼ਨ ਕਰਨ ਦੇ ਲਈ, ਆਸ਼ੀਰਵਾਦ ਲੈਣ ਦੇ ਲਈ। ਤਾਂ ਇੱਥੇ ਪਹੁੰਚੇ ਸਾਡੀ ਟੀਮ ਦੇ ਨਾਲ ਜਦੋਂ ਨੌਜਵਾਨਾਂ ਨੇ ਦਰਸ਼ਨ ਕਰਨ ਦੇ ਦੌਰਾਨ ਜਿਹੜਾ ਹੈ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੂੰ ਮਤਲਬ ਕਿਹੋ ਜਿਹਾ ਫੀਲ ਹੋ ਰਿਹਾ, ਕਿਹੋ ਜਿਹਾ ਮਹਿਸੂਸ ਕਰ ਰਹੇ ਨੇ ਉਹ, ਤੇ ਉਹਨਾਂ ਨੇ ਪ੍ਰਸ਼ਾਸਨ ਤੇ ਜਿਹੜੀ ਹੈ ਜੰਮ ਕੇ ਫਿਟਕਾਰ ਲਗਾਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਜਿਹੜਾ ਹੈ ਉਹ ਫੈਸਲਾ ਬਦਲਣਾ ਚਾਹੀਦਾ ਹੈ, ਦੁਕਾਨ ਨੂੰ ਹਟਾ ਕੇ ਜਿਹੜਾ ਹੈ, ਕਿਉਂਕਿ ਇਹ ਜਿਹੜਾ ਰਸਤਾ ਹੈ ਜੇਕਰ ਅਸੀਂ ਗੱਲ ਕਰੀਏ ਉਹਨਾਂ ਨੇ ਕਿਹਾ ਹੈ ਕਿ ਦੁਕਾਨ ਨੂੰ ਹਟਾਉਣਾ ਚਾਹੀਦਾ, ਇੱਕ ਵਾਰੀ ਦੁਬਾਰਾ ਪ੍ਰਸ਼ਾਸਨ ਨੂੰ ਜਿਹੜਾ ਹੈ ਉਹ ਸੋਚਣਾ ਚਾਹੀਦਾ ਹੈ ਕਿ ਹਰ ਥਾਂ ਤੇ ਵਪਾਰ ਨਹੀਂ ਕੀਤਾ ਜਾ ਸਕਦਾ। ਤਾਂ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਕੀ ਗੱਲ, ਤੁਸੀਂ ਵੀ ਇਸ ਮੰਦਿਰ 'ਚ ਇਸ ਮੂਰਤੀ ਦੇ ਦਰਸ਼ਨ ਕਰਨ ਲਈ ਜਾ ਚੁੱਕੇ ਹੋ ਜਾਂ ਤੁਸੀਂ ਜਾਣਾ ਚਾਹੁੰਦੇ ਹੋ, ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਇੱਥੇ ਹੀ ਤੁਹਾਨੂੰ ਸੁਣਾਉਂਦੇ ਹਾਂ ਕਿ ਨੌਜਵਾਨਾਂ ਨੇ ਕਿਸ ਤਰ੍ਹਾਂ ਨਾ ਪ੍ਰਸ਼ਾਸਨ ਦੇ ਉੱਤੇ ਲਗਾਈ ਫਟਕਾਰ ਤੇ ਕਿਹੜੇ ਕਿਹੜੇ ਵਿਚਾਰ ਉਹਨਾਂ ਨੇ ਕੀਤੇ ਸਾਡੇ ਨਾਲ ਸਾਂਝੇ। ਆਓ ਦੇਖਦੇ ਹਾਂ ਇਹ ਖਬਰ। ਗੱਲਬਾਤ ਇਹ ਹੈ ਜੀ, ਪਿੱਛੇ ਸ਼ਿਵਜੀ ਦੀ ਮੂਰਤੀ ਹੈਗੀ ਆ, ਬੜੀ ਦੂਰੋਂ ਦੂਰੋਂ ਲੋਕ ਦੇਖਦੇ ਆ, ਉਹਨੂੰ ਦਰਸ਼ਨ ਹੁੰਦੇ ਆ, ਬਹੁਤ ਵਧੀਆ ਜੀ। ਇਹਨਾਂ ਨੇ ਅੱਜ ਆਪਾਂ ਬਹੁਤ ਦਿਨਾਂ ਬਾਅਦ ਇੱਥੇ ਆਏ ਹਾਂ ਮੰਦਿਰ ਮੱਥਾ ਟੇਕਣ, ਤੇ ਦੇਖਿਆ ਮੂਰਤੀ ਦੇ ਅੱਗੇ ਦੁਕਾਨ ਬਣਾਤੀ ਹੋਈ ਹੈ, ਦੁਕਾਨ ਟਾਈਪ ਸ਼ਿਵਜੀ ਦੀ ਮੂਰਤੀ ਲੁਕ ਗਈ ਹੋਈ ਆ, ਉਹਦੇ ਕਾਰਨ
ਦਰਸ਼ਨ ਨਹੀਂ ਹੋ ਰਹੇ ਆਉਂਦੇ ਜਾਂਦਿਆਂ ਨੂੰ, ਬਿਲਕੁਲ ਅੱਧੀ ਲੱਭ ਰਹੀ ਆ, ਅੱਧੀ ਲੱਭ ਹੀ ਨਹੀਂ ਰਹੀ। ਉਹਦੇ ਕਾਰਨ ਆਪਾਂ ਇਹ ਕਹਿੰਦੇ ਹਾਂ ਜਿਨ੍ਹਾਂ ਨੇ ਇਹ ਦੁਕਾਨ ਬਣਾਈ ਆ ਜਾਂ ਕੁਛ ਵੀ ਬਣਾਇਆ ਉਹਦੇ ਉਹ ਇੱਕ ਵਾਰੀ ਪੂਰਾ ਫੋਨ ਸੁਣਾਈ ਕੀਤੀ ਜਾਵੇ ਕਿ ਇਹ ਕਿਉਂ ਬਣਾਈ ਆ। ਸ਼ਿਵ ਜੀ ਦੀ ਮੂਰਤੀ ਲੁੱਕ ਗਈ ਹੋਈ ਆ ਅਤੇ ਉਹਦੇ ਕਾਰਨ ਹੁਣ ਸ਼ਿਵਰਾਤਰੀ ਵੀ ਆ ਰਹੀ ਆ, 8 ਤਰੀਕ ਸਾਰੇ ਜਣਿਆਂ ਨੇ ਮੱਥਾ ਟੇਕਣ ਆਉਣਾ। ਉਹਨਾਂ ਨੂੰ ਵੀ ਸਾਰੇ ਜਣਿਆਂ ਨੂੰ ਇਹੀ ਬੇਨਤੀ ਆ ਕਿ ਦੇਖੋ ਇਹ ਸਹੀ ਜਗ੍ਹਾ 'ਤੇ ਬਣਾਈ ਹੋਈ ਆ ਦੁਕਾਨ, ਇਹ ਬਿਲਕੁਲ ਗਲਤ ਹੈਗੀ ਆ। ਕੀ ਮੰਗ ਕਰਦੇ? ਮੰਗ ਇਹੀ ਆ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਦੁਕਾਨ ਜਾਂ ਸਾਈਡ 'ਤੇ ਉੱਧਰ ਬਣਾ ਲੈਣ ਜਾਂ ਇੱਧਰ ਬਣਾ ਲੈਣ, ਇੱਥੋਂ ਦੀ ਇਹ ਦੁਕਾਨ ਤੁਹਾਨੂੰ ਚਾਹੀਦੀ ਆ। ਸ਼ਿਵ ਜੀ ਦੀ ਮੂਰਤੀ 'ਤੇ ਲੱਭ ਹੀ ਨਹੀਂ ਰਹੀ, ਆਉਂਦੇ ਜਾਂਦੇ ਆਪਾਂ ਕੋਠੇ ਤੋਂ ਵੀ ਇਹਦੇ ਦਰਸ਼ਨ ਕਰੀਦੇ ਹਾਂ ਸ਼ਿਵ ਜੀ ਦੀ ਮੂਰਤੀ ਦੇ, ਹੁਣ ਤਾਂ ਇਹ ਲੱਭ ਹੀ ਨਹੀਂ ਰਹੀ, ਅੱਧੀ ਨਾਲ ਜ਼ਿਆਦਾ ਲੁੱਕ ਗਈ ਹੋਈ ਹੈ ਦੁਕਾਨ ਦੇ ਕਾਰਨ। ਮੇਰਾ ਨਾਮ ਰਾਹੁਲ ਹੈ ਜੀ, ਪਠਾਨਕੋਟ ਦਾ ਵਾਸੀ ਹਾਂ ਮੈਂ। ਇਹ ਤੁਸੀਂ ਮੇਰੇ ਪਿੱਛੇ ਮੰਦਰ ਦੇਖ ਰਹੇ ਹੋ, ਇਹ ਡਮਟਾਲ ਤੋਂ ਲੈ ਕੇ ਪਠਾਨਕੋਟ ਜਾਂਦੇ ਜਦੋਂ ਆਪਾਂ ਰਾਹ 'ਚ ਆਉਂਦਾ ਹੈ ਮੰਦਰ, ਪਹਾੜੀ ਵਾਲਾ ਮੰਦਰ ਵੀ ਕਹਿੰਦੇ ਇਹਨੂੰ, ਮਾਤਾ ਦਾ ਮੰਦਰ ਹੈ, ਨਾਲ ਸ਼ਿਵ ਜੀ ਦੀ ਪ੍ਰਤਿਮਾ ਤੁਸੀਂ ਦੇਖ ਰਹੇ ਹੋ ਪਿੱਛੇ, ਬਹੁਤ ਵੱਡੀ ਪ੍ਰਤਿਮਾ ਹੈ। ਇੱਥੇ ਬਹੁਤ ਦੂਰ ਦੂਰੋਂ ਲੋਕ ਆਉਂਦੇ ਮੱਥਾ ਟੇਕਣ, ਅਸੀਂ ਪਠਾਨਕੋਟ ਦੇ ਵਾਸੀ ਹਾਂ, ਆਪਾਂ ਵੀ ਛੋਟੇ ਹੁੰਦੇ ਤੋਂ ਆਪਾਂ ਇੱਥੇ ਆ ਰਹੇ ਹਾਂ ਮੱਥਾ ਟੇਕਣ। ਅੱਜ ਬੜੇ ਚਿਰਾਂ ਬਾਅਦ ਆਏ ਤੇ ਮੈਂ ਦੇਖਿਆ ਜੋ ਇਹ ਪਿੱਛੇ ਤੁਸੀਂ ਦੁਕਾਨ ਦੇਖ ਰਹੇ ਹੋ ਬਣੀ ਹੈ, ਇਹਨਾਂ ਨੇ ਬਿਲਕੁਲ ਪ੍ਰਤਿਮਾ ਦੇ ਅੱਗੇ ਦੁਕਾਨ ਬਣਾ ਦਿੱਤੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ। ਅਸੀਂ ਪੰਡਿਤ ਜੀ ਨਾਲ ਗੱਲ ਕੀਤੀ, ਪੰਡਿਤ ਜੀ ਕਹਿੰਦੇ ਅਸੀਂ ਕੀ ਕਰਨਾ, 4.5 ਲੱਖ ਰੁਪਏ ਦਾ ਠੇਕਾ ਹੋਇਆ ਤੇ ਜੋ ਵੀ ਆ ਉਹਨਾਂ ਨੇ ਅੱਗੇ ਜਿੰਨਾ ਜਿਹੜੇ ਮਾਲਕ ਆ ਉਹਨਾਂ ਨੇ ਦੁਕਾਨ ਬਣਾ ਲਈ ਆ। ਇਹੀ ਕਿ 4.5 ਲੱਖ ਰੁਪਏ ਪਿੱਛੇ ਦੇਖੋ ਲੱਖਾਂ ਦੀ ਪ੍ਰਤਿਮਾ ਹੈਗੀ ਆ, ਨਾਲ ਇੱਕ ਸ਼ਿਵ ਜੀ ਦੀ ਪ੍ਰਤਿਮਾ, ਉਹਦੇ ਅੱਗੇ ਤੁਸੀਂ ਬਣਾ ਰਹੇ ਹੋ ਇੱਕ ਦੁਕਾਨ, ਕੀ ਆ ਵਪਾਰ ਹੀ ਕਰਨਾ ਇੱਥੇ? ਕੋਈ ਤੇ ਜਗ੍ਹਾ ਛੱਡ ਦਿਓ, ਜਿੰਨੇ ਵੀ ਬਣਾਈ ਹੈ ਦੁਕਾਨ ਉਹਨਾਂ ਨੂੰ ਚਾਹੀਦਾ ਆਪਣੇ ਆਪ ਨੂੰ ਕੋਮਨ ਸੈਂਸ ਹੋਣੀ ਚਾਹੀਦੀ ਹੈ, ਨਹੀਂ ਕਿ ਕਿਤੇ ਵਪਾਰ ਦੇ ਅੱਡੇ ਹੋਰ ਬੜੇ ਆ, ਇੱਕ ਮੰਦਰ ਨਾਲ ਤੁਸੀਂ ਵਪਾਰ ਕਰਨ ਨੂੰ ਉੱਥੇ ਦੁਕਾਨ ਬਣਾ ਲਈ ਅੱਗੇ। ਇਹ ਦੁਕਾਨ ਇੱਥੋਂ ਹਟਣੀ ਚਾਹੀਦੀ ਹੈ ਜੀ, ਜੋ ਕਿ ਬਿਲਕੁਲ ਨਜਾਇਜ਼ ਹੈਗੀ ਹੈ। ਇੱਥੇ ਬਿਲਕੁਲ ਰਸਤਾ ਹੋਣਾ ਚਾਹੀਦਾ ਮੱਥਾ ਟੇਕਣ ਦਾ, ਇੱਥੇ ਬੜਾ ਵਧੀਆ ਬਿਲਕੁਲ ਐਂਟਰੀ ਹੈ, ਦੇਖੋ ਮੂਰਤੀ ਦੀ ਐਂਟਰੀ ਹੈ ਬਿਲਕੁਲ, ਇੱਥੇ ਬਿਲਕੁਲ ਰਸਤਾ ਬਣਿਆ ਹੋਇਆ, ਬੜਾ ਸੋਹਣਾ ਮੱਥਾ ਟੇਕਣ ਲੋਕੀ ਆਉਣ, ਜੋ ਵੀ ਲੋਕਾਂ ਦੀ ਆਸਥਾ ਹੈਗੀ ਹੈ ਮੰਦਰ ਨਾਲ, ਤੇ ਬੜਾ ਸੋਹਣਾ ਵੀ ਲੱਗਦਾ, ਪਠਾਨਕੋਟ ਦਾ ਪ੍ਰਾਈਡ ਵੀ ਹੈਗਾ ਮੰਦਰ। ਹਾਂਜੀ ਚੇਤਨ, ਹਾਂਜੀ ਕੀ ਗੱਲਬਾਤ? ਗੱਲਬਾਤ ਸਰ ਇਹ ਹੈ ਕਿ ਅਸੀਂ ਇੱਥੇ ਮੱਥਾ ਟੇਕਣ ਆਉਂਦੇ ਹਾਂ ਮੰਦਰ, ਤੇ ਹੁਣ ਕਾਫੀ ਦਿਨਾਂ ਬਾਅਦ ਆਏ ਹਾਂ ਤੇ ਦੇਖਿਆ ਤੇ ਸ਼ਿਵ ਜੀ ਦੀ ਮੂਰਤੀ ਦੇ ਅੱਗੇ ਦੁਕਾਨ ਬਣਾਤੀ ਹੈ। ਸਾਡੀ ਅੱਗੇ ਪ੍ਰਸ਼ਾਸਨਕ ਇਹੀ ਹੈ ਕਿ ਜਾਂ ਤੇ ਮੰਦਰ ਵਾਲਿਆਂ ਨੂੰ ਕਹਿਣੇ ਦੁਕਾਨ ਹਟਾਉਣ, ਜਾਂ ਜਿਨ੍ਹਾਂ ਨੇ ਦੁਕਾਨ ਬਣਾਈ ਆ ਉਹਨਾਂ ਖਿਲਾਫ ਸਖ਼ਤ ਕਾਰਵਾਈ ਕਰਨੀ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਣੀ ਦੀ ਰਿਪੋਰਟ।